ਅੱਜ ਮੇਰੀ ਵਾਈਫ ਸਵੇਰੇ ਸਵੇਰੇ ਤਿਆਰ ਹੋਣ ਡਈ ਸੀ, ਸ਼ੀਸ਼ੇ ਅੱਗੇ ਬੈਠੀ ਤੇ ਮੈਨੂੰ ਕਹਿੰਦੀ ਮੈਂ ਜ਼ਿਆਦਾ ਮੋਟੀ ਤਾਂ ਨਹੀਂ ਲੱਗਦੀ ਕਲੇਸ਼ ਤੋਂ ਡਰਦੇ ਮਾਰਿਆ? ਮੈਂ ਕਿਹਾ ਨਾ ਨਾ ਬਿਲਕੁਲ ਨਹੀਂ। ਆਂਦੀ ਚਲੋ ਫਿਰ ਮੈਨੂੰ ਨਾ ਫ੍ਰਿਜ ਤੱਕ ਚੁੱਕ ਕੇ ਖੜੋ, ਮੈਂ ਆਈਸਕ੍ਰੀਮ ਖਾਣੀ ਆ। ਹਾਲਾਤ ਬੇਕਾਬੂ ਹੁੰਦੇ ਵੇਖ ਕੇ ਮੈਂ ਕਿਹਾ ਮੈਂ ਤੂੰ ਇੱਥੇ ਬਹਿ, ਮੈਂ ਫ੍ਰਿਜ ਹੀ ਚੁੱਕ ਲਿਆਉਣਾ ਵਾ। ਰਿਸ਼ਤੇਦਾਰਾਂ ਤੋਂ ਮਿਲਿਆ ਪੈਂਟ ਕਮੀਜ਼ ਦਾ ਕੱਪੜਾ ਕਦੇ ਸਵਾਇਆ ਨਹੀਂ ਜਾਂਦਾ, ਬਸ ਰਿਸ਼ਤੇਦਾਰੀ 'ਚ ਘੁੰਮਦਾ ਰਹਿੰਦਾ। ਮੈਂ ਤੇ ਮੇਰੀ ਵਾਈਫ ਬਾਜ਼ਾਰ ਜਾਣ ਡਏ ਹਾਂ, ਮੈਂ ਆਪਣੀ ਵਾਈਫ ਦਾ ਹੱਥ ਫੜਿਆ ਹੋਇਆ ਹੈ। ਅੱਗੋਂ ਮੇਰਾ ਇੱਕ ਫਰੈਂਡ ਮਿਲ ਗਿਆ, ਕਹਿੰਦਾ ਬੱਲੇ ਇੰਨੇ ਸਾਲਾਂ ਬਾਅਦ ਵੀ ਇੰਨਾ ਪਿਆਰ। ਉਹ ਮੈਂ ਭਰਾਵਾ ਕਿਹੜਾ ਪਿਆਰ, ਹੱਥ ਛੱਡੋ ਤੇ ਦੁਕਾਨ 'ਚ ਵੜ ਜਾਂਦੀ ਹੈ। ਮੈਂ ਇੱਕ ਦਿਨ ਵਕੀਲ ਹੋ ਗਿਆ, ਮੈਂ ਵਕੀਲ ਸਾਹਿਬ ਜੇ ਮੈਂ ਸਰਕਾਰੀ ਠੇਕੇ ਤੋਂ ਦਾਰੂ ਲੈ ਕੇ ਪੀਵਾਂ ਤੇ ਮੇਰੀ ਜਨਾਨੀ ਮੈਨੂੰ ਰੋਕੇ ਤੇ ਕੀ ਮੈਂ ਉਹਨੂੰ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਕੇਸ ਵਿੱਚ ਅੰਦਰ ਕਰਵਾ ਸਕਦਾ? ਵਕੀਲ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ, ਮੈਨੂੰ ਘੁੱਟ ਕੇ ਜੱਫੀ ਪਾਈ। ਮੈਨੂੰ ਆਂਦਾ ਕਿੱਥੋਂ ਇਹੋ ਜਿਹੀਆਂ ਸਲਾਹਾਂ ਲੈ ਆਉਂਦੇ ਹੋ, ਪਹਿਲੀ ਕਾਰਵਾਈ ਮੈਂ। ਬਾਪੂ, ਓ ਬਾਪੂ। ਹਾਂ ਦੱਸ ਪੁੱਤ। ਮੇਰਾ ਵਿਆਹ ਕਰ ਦੇ ਯਾਰ। ਤੈਨੂੰ ਕਿਹੜੇ ਕੰਜੇ ਨੇ ਕੁੜੀ ਦੇਣੀ ਆ? ਕਿਉਂ, ਤੈਨੂੰ ਨਹੀਂ ਦਿੱਤੀ? ਫਿਟੇ ਮੂੰਹ ਤੇਰਾ। ਦੋਸਤੋ, ਦੁਸ਼ਹਿਰਾ ਆਉਣ ਵਾਲਾ, ਤੁਹਾਨੂੰ ਪਿਛਲੇ ਦੁਸ਼ਹਿਰੇ ਦੀ ਗੱਲ ਸੁਣਾਉਣਾ। ਮਾਤਾ ਇੱਕ ਗਰਾਊਂਡ 'ਚੋਂ ਦੁਸ਼ਹਿਰਾ ਵੇਖ ਕੇ ਬਾਹਰ ਆਈ ਤੇ ਜਲੇਬੀਆਂ ਪਵਾਈਆਂ ਕਿਲੋ। ਜਲੇਬੀਆਂ ਪਵਾ ਕੇ ਤੁਰ ਪਈ। ਜਲੇਬੀਆਂ ਵਾਲਾ ਆਂਦਾ ਮਾਤਾ ਪੈਸੇ ਤੇ ਦੇ ਜਾ। ਮਾਤਾ ਆਂਦੀ ਰਾਵਣ ਦੇ ਭੋਗ ਤੇ ਆਏ ਆ, ਪੈਸੇ ਕਾਹਦੇ ਭਾਲਦਾ। 13 ਸਾਲ ਲੱਗ ਗਏ ਇਹ ਸਾਬਿਤ ਕਰਨ ਨੂੰ ਵੀ ਸਲਮਾਨ ਖਾਨ ਨੇ ਦਾਰੂ ਪੀਤੀ ਸੀ ਕਿ ਨਹੀਂ ਪੀਤੀ। ਤੇ ਸਾਡੀਆਂ ਜਨਾਨੀਆਂ ਫੋਨ ਤੋਂ ਪਛਾਣ ਲੈਣਗੀਆਂ ਵੀ ਜੇ ਡੱਫ ਲਈਏ ਤੇ ਹੁਣ ਆ ਜਾ ਘਰ। ਮੇਰਾ ਜਦੋਂ ਵਿਆਹ ਹੋਇਆ ਨਵਾਂ ਨਵਾਂ, ਮੇਰੀ ਘਰ ਵਾਲੀ ਤੇ ਥੋੜੀ ਜਿਹੀ ਘੱਟ ਪੜ੍ਹੀ ਲਿਖੀ ਸੀ, ਪਰ ਵਿਚਾਰੀ ਸੁਭਾਅ ਦੀ ਬੜੀ ਚੰਗੀ ਆ। ਤੇ ਮੈਂ ਉਹਨੂੰ ਕਿਹਾ ਮੈਂ ਵੀ ਹਰਜੀਤ ਚੱਲ ਤਿਆਰ ਹੋ, ਮੈਂ ਹਨੀਮੂਨ ਤੇ ਚੱਲੀਏ। ਆਂਦੀ ਮੈਂ ਭਾਂਡੇ ਮਾਂਜਣ ਡਈ, ਤੁਸੀਂ ਡੈਡੀ ਨੂੰ ਲੈ ਜਾਓ। ਸਾਡਾ ਗਵਾਂਢੀ ਆ ਇੱਕ ਤਾਰਾ ਸਿੰਘ, ਉਹ ਕੱਲ ਬੈਂਕ 'ਚੋਂ ਪੈਸੇ ਕਢਾਉਣ ਗਿਆ ਤੇ ਕੈਸ਼ੀਅਰ ਆਂਦਾ ਪੈਸੇ ਹੈ ਨਹੀਂ। ਆਂਦਾ ਸਾਲੇ ਉਹ ਹੋਰ ਪਾਓ ਮੋਦੀ ਨੂੰ, ਆਪਣੇ ਪਿਓ ਨੂੰ ਵੋਟਾਂ, ਹੁਣ ਬੈਂਕਾਂ 'ਚ ਪੈਸੇ ਹੈ ਨਹੀਂ ਆ, ਕੱਲ੍ਹ ਨੂੰ ਤੁਹਾਡੇ ਘਰਾਂ 'ਚ ਵੀ ਨਹੀਂ ਰਹਿਣੇ। ਕੈਸ਼ੀਅਰ ਨੇ ਜਾਲੀ ਥਾਣੀ ਕੱਢੀ ਬਾਂਹ ਤੇ ਉਹਦੀ ਧੌਣ ਫੁੜ ਕੇ ਆਂਦਾ ਸਾਲਿਆ ਪੈਸੇ ਤੇਰੇ ਖਾਤੇ 'ਚ ਹੈ ਨਹੀਂ। ਕੱਲ੍ਹ ਸਾਡੇ ਅੱਡੇ 'ਚ ਬੋਰਡ ਲੱਗਾ ਸੀ ਵੀ 100 ਰੁਪਏ 'ਚ ਪ੍ਰਧਾਨ ਮੰਤਰੀ ਬਣਨਾ ਸਿੱਖੋ। ਮੈਂ ਬੜਾ ਖੁਸ਼ ਹੋਇਆ, ਮੈਂ ਆਹ ਮੌਕਾ ਵਧੀਆ। ਮੈਂ ਅੰਦਰ ਗਿਆ ਤੇ ਸਾਲੇ ਚਾਹ ਬਣਾਉਣੀ ਸਿਖਾਉਣ ਡੇ। ਕੱਲ੍ਹ ਸਾਡੇ ਘਰ ਮੇਰੀ ਵਾਈਫ ਦੀ ਨਾ ਸਹੇਲੀ ਆਈ, ਉਹ ਬੜੀ ਕਿਊਟ ਜੀ ਆ। ਅਸੀਂ ਤਿੰਨੇ ਡਰਾਇੰਗ ਰੂਮ 'ਚ ਬੈਠੇ ਗੱਲਾਂ ਬਾਤਾਂ ਡਏ ਕਰਨ, ਕੁੱਕਰ ਨੇ 5-7 ਸੀਟੀਆਂ ਮਾਰੀਆਂ ਰਸੋਈ 'ਚੋਂ। ਮੈਂ ਹਾਰ ਕੇ ਘਰ ਦੀ ਨੂੰ ਕਿਹਾ ਮੈਂ ਤੂੰ ਇੰਨਾ ਚਿਰ ਹੋ ਗਿਆ ਦਾਲ ਚੜ੍ਹਾਈ ਆ, ਤੂੰ ਇੱਥੇ ਬੈਠੀ ਗੱਲਾਂ ਕਰਨ ਡਈ ਆ, ਜਾ ਵੇਖ ਜਾ ਕੇ ਦਾਲ ਸੜੀ ਨਾ ਜਾਏ ਕਿਤੇ। ਮੈਨੂੰ ਆਂਦੀ ਦਾਲ ਸੜਦੀ ਹੈ ਤਾਂ ਸੜ ਜੇ, ਤੇਰੀ ਦਾਲ ਦੀ ਮੈਂ ਗੱਲ ਦਿੰਦੀ। ਅੱਜ ਸਾਡੀ ਗਵਾਂਢਣ ਸਾਡੇ ਘਰ ਆਈ ਤੇ ਉਹਨੇ ਆ ਕੇ ਜੀਓ ਦੇ ਕਸਟਮਰ ਕੇਅਰ ਵਾਲਿਆਂ ਨੂੰ ਫੋਨ ਲਾ ਲਿਆ। ਮੈਨੂੰ ਆਂਦੀ ਮੇਰਾ ਨੈੱਟ ਹੀ ਨਹੀਂ ਚੱਲਣ ਡਿਆ 3 ਘੰਟਿਆਂ ਤੋਂ, ਮੈਂ ਪੁੱਛਣਾ ਇਹਨਾਂ ਨੂੰ। ਮੈਂ ਜੀ ਪੁੱਛ ਲਓ। ਉਹ ਆਂਦੀ ਵੀ ਮੇਰਾ ਨੈੱਟ ਕਿਉਂ ਨਹੀਂ ਚੱਲਣ ਡਿਆ 3 ਘੰਟਿਆਂ ਤੋਂ? ਉਹਨੇ ਆਪਣਾ ਸਪੀਕਰ ਔਨ ਕੀਤਾ ਸੀ। ਅੱਗੋਂ ਕਸਟਮਰ ਕੇਅਰ ਵਾਲੇ ਨੇ ਦਿਲ ਨੂੰ ਛੂਹਣ ਵਾਲੀ ਗੱਲ ਕਹੀ, ਆਂਦਾ ਭੈਣ ਜੀ ਜੇ ਨੈੱਟ ਨਹੀਂ ਚੱਲਣ ਡਿਆ ਤਾਂ ਉਨੀ ਦੇਰ ਕੋਈ ਘਰ ਦਾ ਕੰਮ ਕਰ ਲਓ। ਆਪਕੇ ਪਾਸ ਦੋ ਆਪਸ਼ਨ ਹੈ। ਆਪਸ਼ਨ ਏ ਕਿ ਆਪ ਆਪਣੀ ਪੂਰੀ ਜ਼ਿੰਦਗੀ ਆਪਣੀ ਵਾਈਫ ਕੇ ਸਾਥ ਬਿਤਾਏਂਗੇ, ਐਂਡ ਆਪਸ਼ਨ ਬੀ 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 ਆਈ ਚੂਜ਼ ਬੀ ਬੀ ਹਾਂ ਬੀ ਬੇਬੀ ਯੇ ਮੇਰਾ ਦੋਸਤ ਹੈ, ਆਜ ਡਿਨਰ ਤੇ ਆਇਆ ਹੈ। ਕਿਆ ਡਿਨਰ ਤੇ ਲੈ ਕੇ ਆਇਆ? ਦਿਮਾਗ ਖਰਾਬ ਹੈ ਤੁਹਾਡਾ? ਘਰ ਕੀ ਹਾਲਤ ਦੇਖੀਏ, ਮੇਰੀ ਹਾਲਤ ਦੇਖੀਏ, ਕੱਪੜੇ ਦੇਖੀਏ ਮੇਰੇ, ਮੈਂ ਨਹੀਂ ਬਣਾ ਰਹੀ ਕੋਈ ਡਿਨਰ, ਮੇਰੇ ਬਸ ਕੀ ਨਹੀਂ ਹੈ, ਲੈ ਕੇ ਜਾਓ ਸੀ ਯਹਾਂ ਸੇ। ਬੇਬੀ ਯੇ ਬੇਵਕੂਫ ਸ਼ਾਦੀ ਕਰਨੇ ਕੀ ਸੋਚ ਰਹਾ ਥਾ? ਮੈਨੇ ਕਿਹਾ ਪਗਲੇ ਪਹਿਲੇ ਇੱਕ ਡੈਮੋ ਤੋਂ ਦੇਖ ਲੇ।